काउंटडाउन स्टार्ट हो गया जी यूके सितंबर इनटेक दे लई। कुछ आखिरी दिन बचे ने। अगर तुसी अपनी एप्लीकेशन यूके च सितंबर इनटेक लिए अप्लाई करना चाहते हो, बहुत सारिया यूनिवर्सिटीज की डेडलाइनज आ रही है कि इस डेट तो बाद वो अपनी नवी एप्लीकेशन नहीं लैणगे यूके दे सितंबर इनटेक लई। जे तुसी भी 12वीं की है, साल दो साल तीन साल का गैप पै चुका है, ग्रेजुएशन की हुई है, अपने स्पाउस नू नाल लेके जाना चाहते हो यूके दे विच, या तुहाडी एप्लीकेशन आस्ट्रेलिया तो कैनेडा तो रिफ्यूज हो चुकी है, तो हुण यूके जिहड़ा है तुहानू आखिरी उम्मीद देख रही है। सो ये तुहाडे वास्ते राइट समा है सितंबर इनटेक की एप्लीकेशन दर्ज करन दा। अज आपां डिस्कस करांगे कि करंट हालात चल रहे ने यूके नू सितंबर इनटेक नू लैके, यूनिवर्सिटीज की की डेडलाइनज आ रही है, या बच्चों के मन के विच कीड़ियां कीड़ियां चीज़ों का डर है, तो आने वाला प्रोसैस इंटरव्यू का, कैस लैटर का ਕਿਵੇਂ ਰਹੇਗਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਰਵਨੀਤ ESS ਗਲੋਬਲ ਤੋਂ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਯੂਕੇ ਦਾ ਸਪਟੰਬਰ ਇਨਟੇਕ। ਅੱਜ ਦੀ ਡੇਟ ਦੇ ਵਿੱਚ ਯੂਕੇ ਦਾ ਜਿਹੜਾ ਸਪਟੰਬਰ ਇਨਟੇਕ ਹੈ ਉਹਦਾ ਰੋਜ਼ ਇੱਕ ਨਵਾਂ ਕਾਊਂਟਡਾਊਨ ਸਟਾਰਟ ਹੁੰਦਾ ਹੈ ਕਿ ਕਿਸੇ ਯੂਨੀਵਰਸਿਟੀ ਦੀ ਡੈਡਲਾਈਨਸ ਕੱਲ੍ਹ ਦੀ 7 ਜੁਲਾਈ ਦੀ ਹੈ, ਕਿਸੇ ਯੂਨੀਵਰਸਿਟੀ ਦੀ ਡੈਡਲਾਈਨ 10 ਜੁਲਾਈ ਹੈ, ਅਤੇ ਕੋਈ ਯੂਨੀਵਰਸਿਟੀ ਦੀ ਫੀਸ ਡਿਪੋਜ਼ਿਟ ਕਰਨ ਦੀ ਡੈਡਲਾਈਨ 15 ਜੁਲਾਈ ਦੀ ਹੈ। ਸੋ ਜੇ ਤੁਸੀਂ ਵੀ ਹਜੇ ਸੋਚ ਰਹੇ ਹੋ ਕਿ ਯੂਕੇ ਦੇ ਵਿੱਚ ਸਪਟੰਬਰ ਇਨਟੇਕ 'ਚ ਜਾ ਕੇ ਪੜ੍ਹਨਾ ਚਾਹੁੰਦੇ ਹੋ, ਤਾਂ ਤੁਹਾਡੇ ਵਾਸਤੇ ਇਹ ਸਭ ਤੋਂ ਇੰਪੋਰਟੈਂਟ ਡੇਜ਼ ਹੈ। ਅੱਜ ਹੀ ਆਪਣੀ ਡਾਕੂਮੈਂਟਸ ਲੈ ਕੇ ਐਪਲੀਕੇਸ਼ਨ ਨੂੰ ਅਪਲਾਈ ਕਰ ਦਿਓ, ਸੋ ਦੈਟ ਕਿ ਤੁਸੀਂ ਵੀ ਯੂਕੇ ਦੇ ਸਪਟੰਬਰ ਇਨਟੇਕ 'ਚ ਬਾਹਰ ਜਾਣ ਦਾ ਹਿੱਸਾ ਬਣ ਸਕੋ। ਜਿਹੜੇ ਜਿਹੜੇ ਸਟੂਡੈਂਟਸ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਨੇ, ਐਂਡ ਅਜੇ ਵੀ ਸੋਚ ਰਹੇ ਹੈ ਕਿ ਯੂਕੇ ਉਹਨਾਂ ਦੀ ਆਪਸ਼ਨ ਹੈਗੀ ਹੈ ਕਿਤਾਬ ਦੇ ਵਿੱਚ, ਤਾਂ ਯਾਦ ਰੱਖੋ ਅੱਜ ਐਪਲੀਕੇਸ਼ਨਸ ਤੁਹਾਨੂੰ ਅਪਲਾਈ ਕਰਨੀ ਪਏਗੀ, ਅਦਰਵਾਈਜ਼ ਆਉਣ ਵਾਲੇ ਇਨਟੇਕ ਤੋਂ ਬਾਅਦ, ਜਨਵਰੀ ਦੀ ਆਪਾਂ ਗੱਲ ਕਰ ਲਈਏ ਜਾਂ ਅਗਲੇ ਸਾਲ ਦੇ ਇਨਟੇਕਸ ਬਾਕੀ ਦੀਆਂ ਗੱਲ ਕਰ ਲਈਏ, ਤੁਸੀਂ ਉਹਦੇ ਵਿੱਚ ਆਪਣੇ ਸਪਾਊਸ ਨੂੰ ਨਾਲ ਲੈ ਕੇ ਨਹੀਂ ਜਾ ਸਕਦੇ। ਜੇ ਤੁਹਾਡੀ ਐਪਲੀਕੇਸ਼ਨ ਪਿਛਲੇ ਦਿਨੀ ਆਸਟ੍ਰੇਲੀਆ ਤੋਂ ਰਿਜੈਕਟ ਹੋ ਚੁੱਕੀ ਹੈ ਜਾਂ ਕੈਨੇਡਾ ਤੋਂ ਰਿਜੈਕਟ ਹੋ ਚੁੱਕੀ ਹੈ, ਐਂਡ ਹੁਣ ਆਪਣੀ ਫਾਈਲ ਦੇ ਵਿੱਚ ਇੱਕ ਵੀਜ਼ੇ ਦਾ ਰੂਪ ਦੇਖਣਾ ਚਾਹੁੰਦੇ ਹੋ, ਬਾਰ ਬਾਰ ਟਾਈਮ ਅਤੇ ਪੈਸਾ ਨਹੀਂ ਖਰਾਬ ਕਰਨਾ ਚਾਹੁੰਦੇ, ਤਾਂ ਯੂਕੇ ਤੁਹਾਡੇ ਵਾਸਤੇ ਬਹੁਤ ਵਧੀਆ ਇੱਕ ਗੋਲਡਨ ਓਪਰਚੁਨਿਟੀ ਹੈ। ਅੱਜ ਅਪਲਾਈ ਕਰਕੇ ਸਪਟੰਬਰ ਇਨਟੇਕ ਲਈ ਵੀਜ਼ਾ ਲਿਆ ਜਾ ਸਕਦਾ ਹੈ। ਯੂਨੀਵਰਸਿਟੀ ਦਾ ਪ੍ਰੋਸੈਸ ਕੀ ਚੱਲੇਗਾ ਜਾਂ ਵੀਜ਼ੇ ਲਈ ਆਪਾਂ ਨੂੰ ਕਿੰਨਾ ਕੁ ਸਮਾਂ ਲੱਗੇਗਾ, ਉਹਦੇ ਲਈ ਦੋ ਚੀਜ਼ਾਂ ਡਿਪੈਂਡ ਕਰਨਗੀਆਂ ਕਿ ਤੁਸੀਂ ਕਿਹੜੀ ਯੂਨੀਵਰਸਿਟੀ ਨੂੰ ਸਿਲੈਕਟ ਕਰ ਰਹੇ ਹੋ, ਉਹਦੀ ਕੈਸ ਲੈਟਰ ਇਸ਼ੂ ਕਰਨ ਦੀ ਡੈਡਲਾਈਨਸ ਕੀ ਹੈ, ਯੂਨੀਵਰਸਿਟੀ ਦਾ ਇੰਟਰਵਿਊਜ਼ ਦਾ ਰਾਊਂਡ ਕਿਵੇਂ ਦਾ ਰਹੇਗਾ, ਐਂਡ ਕਿੰਨਾ ਕੁ ਪ੍ਰੋਸੈਸਿੰਗ ਟਾਈਮ ਯੂਨੀਵਰਸਿਟੀ ਦਾ ਹੋਏਗਾ ਤੁਹਾਨੂੰ ਇਹ ਡਾਕੂਮੈਂਟਸ ਪ੍ਰੋਵਾਈਡ ਕਰਨ ਨੂੰ, ਕਿਉਂਕਿ ਯੂਕੇ 'ਚ ਤੁਹਾਨੂੰ ਵੀਜ਼ਾ ਲੈਣ ਲਈ ਕੈਸ ਲੈਟਰ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਐਂਡ ਟਾਈਮਲੀ ਇਹ ਡਾਕੂਮੈਂਟ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਸੋ ਜੇ ਤੁਸੀਂ ਵੀ ਅਜੇ ਤੱਕ ਆਪਣੀ ਐਪਲੀਕੇਸ਼ਨ ਨਹੀਂ ਦਰਜ ਕੀਤੀ, ਐਂਡ ਇਹ ਸਾਰੇ ਸਵਾਲਾਂ ਦੇ ਵਿੱਚ ਕਨਫਿਊਜ਼ ਹੋ ਕਿ ਇੰਟਰਵਿਊ ਕੋਈ ਡਰ ਤਾਂ ਨਹੀਂ ਗੀ, ਇੰਟਰਵਿਊ ਕੋਈ ਹਊਆ ਤਾਂ ਨਹੀਂ ਗੀ, ਕਿਤੇ ਇਹ ਤਾਂ ਨਹੀਂ ਕਿ ਯੂਨੀਵਰਸਿਟੀ ਸਾਡੇ ਕੋਲ ਫੀਸ ਲੈ ਲੇਗੀ ਅਤੇ ਇੰਟਰਵਿਊ 'ਚ ਰਿਜੈਕਟ ਕਰ ਦੇਗੀ, ਜਾਂ ਆਫਰ ਲੈਟਰ ਵੀ ਆ ਜਾਏਗੀ, ਫੀਸ ਵੀ ਚਲੇ ਜਾਏਗੀ, ਬਟ ਜਿਹੜੀ ਕੈਸ ਲੈਟਰ ਹੈਗੀ ਆ ਉਹ ਸਾਨੂੰ ਸਮੇਂ ਸਿਰ ਨਾ ਮਿਲਣ ਕਰਕੇ ਕਿਤੇ ਸਾਡਾ ਇਨਟੇਕ ਡੈਫਰ ਤਾਂ ਨਹੀਂ ਹੋ ਜਾਏਗਾ, ਤਾਂ ਤੁਸੀਂ ਆਪਣਾ ਟਾਈਮ ਵੇਸਟ ਨਾ ਕਰੋ, ਅੱਜ ਆਪਣੇ ਡਾਕੂਮੈਂਟਸ ਲੈ ਕੇ ESS ਗਲੋਬਲ ਦੀ ਐਕਸਪਰਟ ਟੀਮ ਨੂੰ ਮਿਲੋ ਅਤੇ ਸਾਰੇ ਸਵਾਲਾਂ ਦੇ ਜਵਾਬ ਲੈ ਕੇ ਸਪਤੰਬਰ ਇਨਟੇਕ ਲਈ ਆਪਣੀ ਐਪਲੀਕੇਸ਼ਨ ਦਰਜ ਕਰੋ, ਅਤੇ ਤੁਸੀਂ ਵੀ ਆਪਣਾ ਬਾਹਰ ਜਾਣ ਦਾ ਸੁਪਨਾ ਆਉਣ ਵਾਲੇ 2 ਮਹੀਨੇ 'ਚ ਸਾਕਾਰ ਕਰੋ। ਉਮੀਦ ਕਰਦਾ ਹੈ ਕਿ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਏਗੀ, ਐਂਡ ਇਨਫੋਰਮੇਸ਼ਨ ਤੁਹਾਡੇ ਕੰਮ ਆਈ ਹੋਏਗੀ। ਯਾਦ ਰੱਖਣਾ, ਸਿਰਫ ਕੁਝ ਦਿਨਾਂ ਦਾ ਸਮਾਂ ਬਾਕੀ ਹੈ ਸਪਤੰਬਰ ਇਨਟੇਕ ਲਈ, ਸੋ ਆਪਣੇ ਡਾਕੂਮੈਂਟਸ ਲੈ ਕੇ ਅੱਜ ਹੀ ਆਪਣਾ ਕੇਸ ਅਪਲਾਈ ਕਰੋ ਯੂਕੇ ਸਟੱਡੀ ਵੀਜ਼ਾ ਦੇ ਲਈ। ਥੈਂਕ ਯੂ।